साहब वाहिगुरु जी की फतेह। मैं ब्लाक समिति मैंबर पिंड बलगण ते समूह पिंड वासी अहीं बहल साहब का धन्यवाद करते हैं जिन्होंने साडे पिंड का विकास शुरू किया। विकास बहुत जोर शोर चल रहा पिंडां दी, अपने पिंड च ते डेरिया विच गलियां बन रही, अहीं बहल साहब दे धन्यवादी हाँ, आम सरकार दे धन्यवादी हाँ। ये जिहड़े पंजाब सरकार वल्लों जिहड़े कच्चे अध्यापक पक्के कीते गए ने, इहदे बारे तुसीं की कहना चाहोगे? अहीं आम पार्टी सरकार दा मान साहब दा बहुत धन्यवादी हाँ, जिन्होंने बड़े चिर तों अध्यापकां नूं रैगुलर नहीं किया ते उन्हां नूं रैगुलर किया वा ते सारा पंजाब ही खुशिया। साडे कुरसिया जी बैल साहब ने अपने मेहनत सदका भेजिया वा ते सारे डेरियां च वी कुरसियां लगियां वा ते पिंड च वी कुरसियां लगियां वा, अहीं धन्नवादी हाँ बैल साहब दे। वाहेगुरु जी का खालसा वाहेगुरु जी की फतेह। साडा पिंड बलगण जो आम पार्टी जिहड़ी जदों दी बनी आ, साडे पिंड दा विकास जिहड़ा ਉਹ ਬਹੁਤ ਹੀ ਸੁਚੱਜੇ ਢੰਗ ਨਾਲ ਚੱਲਣ ਡਿਆ ਵਾ। ਗਲੀਆਂ ਦਾ, ਕੁਰਸੀਆਂ ਦਾ, ਲਾਈਟਾਂ ਦਾ, ਹੋਰ ਵੀ ਜਿਹੜੇ ਕਾਰੋਬਾਰ ਛੋਟੇ ਮੋਟੇ ਆ ਸਾਰੇ ਬੜੇ ਸੁਚੱਜੇ ਢੰਗ ਨਾਲ ਚੱਲਣ ਡਏ ਆ। ਅਸੀਂ ਇਸ ਜਿਹੜੀ ਸਾਡੀ ਸਰਕਾਰ ਬਣੀ ਆ, ਇਸ ਸਰਕਾਰ ਦਾ ਅਸੀਂ ਧੰਨਵਾਦ ਕਰਨੇ ਆ ਕਿ ਸਰਕਾਰ ਨੇ ਜਦੋਂ ਦੀ ਬਣੀ ਆ ਤੇ ਕੋਈ ਵੀ ਕੰਮ ਜਿਹੜਾ ਉਹ ਮਾੜਾ ਨਹੀਂ ਕੀਤਾ, ਸਾਰੇ ਕੰਮ ਚੰਗੇ ਕੀਤੇ ਆ। ਜਿਹਦੇ ਵੀ ਜੋ ਵੀ ਕੰਮ ਕਰਨ ਦੇ ਸਾਰੇ ਕੰਮ ਚੰਗੇ ਕਰਨ ਦੇ ਆ। ਹੜ੍ਹਾਂ ਬਾਰੇ ਵੀ ਜਿਹੜਾ ਚੱਲਦਾ ਕੰਮ ਉਹਨਾਂ ਦੀ ਵੀ ਜਿਹੜੀ ਹੈ ਉਹਨਾਂ ਨੇ ਜਾ ਕੇ ਤੇ ਉਹਦੀ ਜਿਹੜੀ ਦੇਖਭਾਲ ਕੀਤੀ ਆ, ਉੱਥੇ ਵੀ ਜਾ ਕੇ ਉਹਨਾਂ ਨੇ ਸਾਰਿਆਂ ਦਾ ਨਾਲ ਦੁੱਖ ਵੰਡਾਇਆ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਆਉਣ ਵਾਲੀ ਇਸ ਸਰਕਾਰ ਦਾ ਤੇ ਬਹੁਤ ਚੰਗੀ ਸਰਕਾਰ ਹੈ ਤੇ ਚੰਗੀ ਸਰਕਾਰ ਦੇ ਵਿੱਚ ਚੰਗੇ ਕੰਮ ਹੁੰਦੇ ਨੇ। ਧੰਨਵਾਦ ਹੈ ਜੀ। ਨਵੀਆਂ ਸਰ ਕੁਰਸੀਆਂ ਅੱਜ ਆਈਆਂ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀਆਂ ਨਵੀਆਂ ਕੁਰਸੀਆਂ ਆਈਆਂ ਨੇ ਨਾ, ਇਹ ਵੀ ਸਾਡੀਆਂ ਅੱਜ ਤੋਂ 21 ਕੁਰਸੀਆਂ ਲੱਗ ਗਈਆਂ ਨੇ। 50 ਕੁਰਸੀਆਂ ਸਾਡੇ ਪਿੰਡ 'ਚ ਲੱਗਣੀਆਂ ਨੇ ਤੇ ਕੁਰਸੀਆਂ ਜਿਹੜੀਆਂ ਲੱਗੀਆਂ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਇਹ ਕੰਮ ਬਣ ਗਿਆ ਵਾ ਤੇ ਜਿੱਥੇ ਜਿੱਥੇ ਸਾਡਾ ਜਿਹੜੇ ਬੰਦੇ ਸਾਡੇ ਸਾਰੇ ਖੁਸ਼ ਨੇ ਪਿੰਡ ਦੇ ਵਿੱਚ, ਕੁਰਸੀਆਂ ਲੱਗਣ ਦੇ ਨਾਲ ਬੜੇ ਖੁਸ਼ ਹੋ ਗਏ ਨੇ ਕਿ ਕੁਰਸੀਆਂ ਚੰਗਾ ਹੋ ਗਿਆ, ਲੱਗ ਗਈਆਂ। ਹੁਣ ਲਾਈਟਾਂ ਬਾਰੇ ਜਿਹੜੇ ਕਹਿੰਦੇ ਹੋ ਕਿ ਉਹ ਵੀ ਲਾਈਟਾਂ ਲੱਗ ਜਾਣ ਤੇ ਸਾਰਾ ਪਿੰਡ ਜਿਹੜਾ ਖੁਸ਼ ਹੋ ਜਾਵੇਗਾ ਤੇ ਨਲਕਿਆਂ ਦਾ ਕੰਮ ਜਿਹੜਾ ਉਹ ਵੀ ਚੱਲਣ ਡਿਆ, ਨਲਕੇ ਵੀ ਲੱਗਣ ਡੇ, ਜਲ ਆਪਣੇ ਉਹ ਸਮਰਸੀਵਾਲ ਨਲਕੇ ਜਿਹੜੇ ਨੇ ਉਹ ਵੀ ਲੱਗਣ ਡਏ ਨੇ ਤੇ ਨਲਕਿਆਂ ਦੇ ਨਾਲ ਵੀ ਸਾਡਾ ਪਿੰਡ ਜਿਹੜਾ ਉਹ ਪਾਣੀ ਦੇ ਨਾਲ ਜਿਹੜਾ ਉਹ ਚੰਗਾ ਕੰਮ ਜਿਹੜਾ ਸਾਡਾ ਪਿੰਡ ਦਾ ਬਣ ਜਾਏਗਾ। ਬਾਕੀ ਸਾਰੇ ਕਹਿੰਦੇ ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ, ਇਹਦੇ ਬਾਰੇ ਤੁਸੀਂ? ਕੱਚੇ ਅਧਿਆਪਕਾਂ ਨੂੰ ਜਿਹੜਾ ਉਹਨਾਂ ਨੇ ਜਿਹੜੇ ਅਧਿਆਪਕ ਬੜੇ ਚਿਰ ਤੋਂ ਜਿਹੜੇ ਇਸ ਗੱਲ ਦੇ ਵਿੱਚ ਕਰਦੇ ਸਨ ਕਿ ਸਾਨੂੰ ਕੋਈ ਪੱਕਿਆ ਨਹੀਂ ਕਰਦਾ, ਉਹਨਾਂ ਦੇ ਵਿੱਚ ਵੀ ਸਾਡੀ ਇਹ ਸਰਕਾਰ ਨੇ ਜਿਹੜੀ ਆਮ ਪਾਰਟੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ, ਉਹਨੇ ਸਾਡੀ ਸਰਕਾਰ ਨੇ ਉਸਨੇ ਇਹਨਾਂ ਅਧਿਆਪਕਾਂ ਨੂੰ ਵੀ ਪੱਕਿਆ ਕੀਤਾ ਹੈ। ਜਿਹੜੇ ਅੱਗੇ ਰਹਿ ਗਏ ਥੋੜ੍ਹੇ ਬਹੁਤੇ ਜਿਹੜੇ ਰਹਿੰਦੇ ਆ, ਉਹਨਾਂ ਨੂੰ ਵੀ ਗਾੜੀ ਉਹਨਾਂ ਨੂੰ ਪੱਕਿਆ ਕਰਨ ਦਾ ਉਹਨਾਂ ਦਾ ਜਿਹੜਾ ਟੀਚਾ ਬਣਿਆ ਹੋਇਆ।